ਉਹ ਰਾਤ ਨੂੰ ਸ਼ਰਾਬ ਪੀ ਕੇ ਜੇ ਮੁੱਖ ਮੰਤਰੀ ਆਰਡਰ ਕਰੀ ਜਾਂਦਾ ਰਾਤ ਨੂੰ, ਸਾਰਾ ਪਤਾ ਰਾਤ ਨੂੰ ਸੀਐਮ ਦਾ ਫੋਨ ਆਇਆ, ਸੀਐਮ ਨੇ ਕਮਲ ਗਲਵਨ ਨੂੰ ਸ਼ਰਾਬ ਪੀ ਕੇ ਟੈਲੀਫੋਨ ਕੀਤਾ, ਉਹਦੇ ਬਾਅਦ ਤੁਹਾਨੂੰ ਸ਼ਰਾਬ ਪੀ ਕੇ ਕੀਤਾ ਐਸਐਸਪੀ ਸਾਹਿਬ। ਆਈ ਹੈਵ 30 ਕੰਪਲੇਂਟਸ ਵਿਦ ਮੀ ਅਗੇਂਸਟ ਦਾ ਸੀਐਮ ਹੂ ਸਪੋਕ ਹੂ ਗੇਵ ਔਨ ਟਵਿੱਟਰ ਅਗੇਂਸਟ ਅਸ ਐਂਡ ਅਦਰ ਥਿੰਗ ਵਿਚ ਇਜ ਅਗੇਂਸਟ ਦਾ ਲਾਅ ਔਰ ਡਿਫੇਮੈਂਟ ਕੈਨ ਯੂ ਸਾਈਬਰ ਕ੍ਰਾਈਮ ਦੇ ਵਾਇਲੇਸ਼ਨਸ ਹੈ, ਪਲੀਜ਼ ਰਜਿਸਟਰ ਕੇਸ। ਜੇ ਤੁਸੀਂ ਇਹੋ ਜਿਹੀ ਗੱਲਾਂ 'ਚ ਪੈਣਾ ਹੈ, ਨਹੀਂ ਜੇ ਤੁਸੀਂ ਇਹੋ ਜਿਹੀ ਗੱਲਾਂ 'ਚ ਪੈਣਾ ਹੈ ਕਿ ਇੱਕ ਬੰਦਾ ਜਿਹੜਾ ਟਵੀਟ ਕਰਕੇ ਤੁਸੀਂ ਇਹਦੇ ਮੈਂ ਯੂ ਵਾਂਟ ਟੂ ਸਪਰੈਸ ਫਰੀਡਮ ਆਫ ਪ੍ਰੈਸ, ਫਰੀਡਮ ਆਫ ਬਾਜ, ਇਹਦਾ ਮਤਲਬ ਹੁਣ ਜਿਹੜਾ ਸਪੀਚ ਕਰੂਗਾ ਉਹੀ ਬੋਲੂਗਾ, ਉਹਦੇ 'ਤੇ ਪਰਚਾ ਦਿਓਗੇ ਤੁਸੀਂ? ਯਾਰ ਮੌਕਟ ਵੀਡੀਓ ਯਾਰ ਇੱਕ ਯਾਰ ਪਹਿਲੇ ਚੈੱਕ ਤਾਂ ਕਰੋ ਮੌਕਟ ਹੈ ਕਿ ਨਹੀਂ ਹੈ। ਤੁਸੀਂ ਪਹਿਲੇ ਹਾਓ ਕੈਨ ਯੂ ਯਾਰ ਇੱਕ ਮਿੰਟ ਦੱਸੋ ਯਾਰ, ਸਿੰਗਰ ਹੈਗੇ ਮੌਕਟ ਵੀਡੀਓ, ਸੋ ਮੈਨੀ ਥਿੰਗਸ ਆਮ ਆਦਮੀ ਪਾਰਟੀ ਹੈਜ਼ ਮੌਕਟ ਅਬਾਊਟ ਅਸ ਐਂਡ ਪੁੱਟ ਅਪ, ਆਈ ਕੈਨ ਗੈਟ ਯੂ 1000, ਮੈਂ ਹੁਣੀ ਮੈਂ ਸੋਸ਼ਲ ਮੀਡੀਆ 'ਤੇ ਕੱਢ ਕੇ ਮੈਂ ਤੁਹਾਨੂੰ ਦੇ ਦੂੰਗਾ ਪੀਐਮ ਬਾਰੇ ਮੌਕ ਕਰਕੇ, ਤੁਸੀਂ ਉਹਨਾਂ ਨੂੰ ਅਰੈਸਟ ਕਰੋਗੇ ਸਾਰਿਆਂ ਨੂੰ? ਨਹੀਂ ਤਾਂ ਅਸੀਂ ਸਾਰੇ ਇੱਥੇ ਬਹਿ ਜਾਂਦੇ ਘੇਰਾ ਕਰਕੇ। ਯਾਰ ਹਾਓ ਕੈਨ ਯੂ ਡੂ ਦਿਸ ਯਾਰ, ਇੰਨਾ ਹੀ ਤੁਸੀਂ ਕਾਨੂੰਨ ਦੇ ਧੱਜੀਆਂ ਉਡਾ ਰਹੇ ਹੋ। ਰਾਤ ਨੂੰ ਸ਼ਰਾਬ ਪੀ ਕੇ ਜੇ ਮੁੱਖ ਮੰਤਰੀ ਆਰਡਰ ਕਰੀ ਜਾਂਦਾ ਰਾਤ ਨੂੰ, ਦਿਨੇ ਦਾ ਕੋਈ ਟੈਲੀਫੋਨ ਕਰਦੇ ਨਹੀਂ? ਹੁਣ ਪੁਲਿਸ ਜੇ ਸਪੈਕਟੇਟਰ ਬਣ ਗਈ ਹੈ ਫਿਰ ਤਾਂ ਫਿਰ ਵਰਦੀ ਪਾਉਣ ਦਾ ਹੀ ਕੋਈ ਫਾਇਦਾ ਨਹੀਂ ਯਾਰ, ਜੇ ਇਹੋ ਜਿਹੇ ਸਮਾਂ ਜੇ ਮੈਰਿਟ 'ਤੇ ਗੱਲ ਕਰੋ। ਹਾਂ ਯਾਰ ਚਲੋ ਹੋਇਆ, ਹੀ ਵਾਟ ਇਜ਼ ਹੈਪਨ ਸੰਬੜੀ ਸੈਂਟ ਟੂ ਹੈ ਸੰਬੜੀ ਜਨ ਸੰਬੜੀ ਡਨ ਇਟ। ਤੁਸੀਂ ਐਂ ਕਰੋ ਦੇ ਆਰ ਸੋ ਮੈਨੀ ਵੀਡੀਓਜ਼, ਆਈ ਵਿਲ ਟੈਲ ਯੂ ਵੇ ਪੀਪਲ ਹੀ ਆਮ ਆਦਮੀ ਪਾਰਟੀ ਇਜ਼ ਮੌਕਡ ਮੀ ਮੌਕਡ ਫੋਰ ਮਾਈ ਲੀਡਰਸ ਦੈਨ ਨਹੀਂ। ਤੁਸੀਂ ਇੱਕ ਗੱਲ ਦੱਸੋ ਕਿਹਨੇ ਕੀਤਾ ਪਹਿਲੇ ਤਾਂ ਯੂ ਸ਼ੁਡ ਇਨਵੈਸਟੀਗੇਟ, ਕਿਹਨੇ ਕੀਤਾ? ਸੁਪਰੀਮ ਕੋਰਟ ਨੇ ਡੈਸਟੀਨੇਸ਼ਨ ਕਰਕੇ ਦਿੱਤੀਆਂ ਯਾਰ ਅਪਲੋਡ ਹੈ ਦ ਫਸਟ ਜਿਹੜਾ ਓਰੀਜਨਲ ਮੌਕ ਐਸ 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 ਸੈਂਡਲ ਨੇ ਕੀਤਾ ਪਿਛਲੇ ਆਦਾ 2 ਸਾਲ ਆਦਾ 6 ਮਹੀਨੇ ਤੋਂ ਜਿਹੜਾ ਹੋ ਰਿਹਾ 6 ਮਹੀਨੇ ਤੋਂ ਆ ਵੀਡੀਓ ਚੱਲ ਰਹੀ ਹੈ, ਆਹ ਤਾਂ ਮੇਰੇ ਕੋਲ ਵੀ ਆਈ ਹੈ ਬਹੁਤ ਪਹਿਲੇ ਦੀ ਆਹ ਵੀਡੀਓ ਤਾਂ ਯਾਰ ਰੀਟਵੀਟ ਅਪਲੋਡ ਕੀਤੀ ਹੈ। ਜੇ ਤੁਹਾਡੇ ਕੋਲ ਕੋਈ ਚੀਜ਼ ਭੇਜਦਾ ਤੁਸੀਂ ਅੱਗੇ ਭੇਜ ਦਿੰਦੇ ਹੋ ਫਿਰ ਸੋਸ਼ਲ ਮੀਡੀਆ ਫਿਰ ਪਰਚੇ ਤਾਂ ਫਿਰ ਤੁਹਾਡੇ ਵੀ ਹੋਣਗੇ, ਤੁਹਾਡੇ ਫੋਨ ਮੈਂ ਫੜ ਲੈਣਾ ਜਿਹੜੇ ਤੁਹਾਡੇ ਕੋਲ ਆਈਆਂ ਚੀਜ਼ਾਂ, ਕਈ ਚੀਜ਼ਾਂ ਆਈਆਂ ਹੋਣੀਆਂ ਇਹਦੇ ਵਿੱਚ ਮੇਰੇ ਫੋਨ 'ਤੇ ਰੋਜ਼ ਆਈ ਜਾਂਦੀਆਂ, ਕੋਈ ਭੇਜੀ ਜਾਂਦਾ ਆਪਾਂ ਕੀ ਕਰਦੇ ਉਹਦਾ? ਤੁਸੀਂ ਵੈਰੀਫਾਈ ਕਰੋ ਕਿਹਨੇ ਮੌਕ ਕੀਤੀ ਹੈ, ਬੰਦੇ ਉਸ ਨੂੰ ਫੜੋ ਜਿਹਨੇ ਮੌਕ ਕੀਤੀ ਹੈ। ਨਹੀਂ ਤੁਸੀਂ ਉਹ ਗੱਲ ਸਮਝੇ ਯਾਰ ਅਪਲੋਡ ਦਿਆ ਸੋਮਨੀ ਕੀ ਚਲੋ ਐਂ ਕਰਦੇ ਆ ਚਲੋ ਜਿਹੜੇ ਮੇਰੇ ਖਿਲਾਫ਼ ਕੀਤੇ ਆ ਵੀਡੀਓਜ਼ ਕੀਤੀਆਂ ਸਾਈਬਰ ਕ੍ਰਾਈਮ ਮੈਂ ਦਿੱਤੀਆਂ, ਮੈਂ ਕੱਲ੍ਹ ਤੁਹਾਨੂੰ ਦਰਖਾਸਤ ਦੇ ਰਿਹਾ ਯੂ ਹੈਵ ਟੂ ਪੈਰਲਲੀ ਰਜਿਸਟਰ ਕੇਸਿਸ ਐਂਡ ਅਰੈਸਟ ਦੋਜ਼ ਪੀਪਲ, ਆਰ ਯੂ ਰੈਡੀ ਟੂ ਡੂ ਇਟ? ਨਹੀਂ ਵੈਰੀਫਾਈ ਨਹੀਂ ਇੱਕ ਮਿੰਟ ਹੁਣ ਐਪਲੀਕੇਸ਼ਨ ਨਹੀਂ ਇਹਦੀ ਵੈਰੀਫਾਈ ਇਹਦੀ ਵੈਰੀਫਿਕੇਸ਼ਨ ਕਿੰਨੀ ਦੇਰ 'ਚ ਵੈਰੀਫਾਈ ਕਰਤਾ ਕਿ ਇਹਨੇ ਮੌਕ ਕੀਤੀ ਯਾਰ?
ਯਾਰ ਰਾਤ ਨੂੰ ਤੁਹਾਨੂੰ ਸੀਐਮ ਦਾ ਫੋਨ ਆਇਆ, ਮੈਨੂੰ ਸਾਰਾ ਪਤਾ, ਰਾਤ ਨੂੰ ਸੀਐਮ ਦਾ ਫੋਨ ਆਇਆ, ਸੀਐਮ ਨੇ ਕੰਵਰ ਗਲਵਰ ਨੂੰ ਸ਼ਰਾਬ ਪੀ ਕੇ ਟੈਲੀਫੋਨ ਕੀਤਾ, ਉਹਦਾ ਫੋਨ ਆਇਆ ਸੀ, ਮੈਨੂੰ ਦੱਸ ਰਿਹਾ ਸੀ। ਉਹਦੇ ਬਾਅਦ ਤੁਹਾਨੂੰ ਸ਼ਰਾਬ ਪੀ ਕੇ ਕੀਤਾ ਕਿ ਫੜ ਕੇ ਅੰਦਰ ਕਰ ਦਿਓ। ਉਹ ਯਾਰ ਹੁਣ ਤੁਸੀਂ ਇੰਨੇ ਐਫੀਸ਼ੀਐਂਟ ਹੋ ਗਏ ਕਿ ਆਪਣੇ ਆਪ ਹੀ ਤੁਹਾਡੇ ਕੋਲ ਕੰਪਲੇਂਟ ਆ ਗਈ, ਇੱਕ ਦਿਨ 'ਚ, ਇੱਕ ਘੰਟੇ 'ਚ ਕੰਪਲੇਂਟ ਆ ਗਈ, ਅਤੇ ਨਾਲ ਦੇ ਨਾਲ ਤੁਸੀਂ ਪਰਚਾ ਦੇ ਤਾ। ਇੱਥੇ ਜਿਹੜੇ ਵਿਚਾਰੀ ਲੜਕੀ ਜਿਹਨੇ ਸੁਸਾਈਡ ਕੀਤਾ ਰੋਪੜ, ਸੁਸਾਈਡ ਨੋਟ ਦਿੱਤਾ, ਉਹਦੇ 'ਤੇ ਪਰਚਾ ਨਹੀਂ ਹੋਇਆ ਹਜੇ ਤੱਕ ਯਾਰ, ਕਿਉਂਕਿ ਉਹ ਆਮ ਆਦਮੀ ਪਾਰਟੀ ਦਾ ਮਿਨਿਸਟਰ ਦੇ ਖਿਲਾਫ਼ ਕੀਤਾ।